कोई नशा बेचूगा, कोई कुछ करूगा, टाइम ते पास करने हैं, बच्चे तीन तीन चार चार सारे आंदे है गया। ऐसी गलत सरकार बना दी भगवंत मान। आम आदमी पार्टी के झंडे हरेक दी रेडी दे उत्ते लगे सीगे, पटाके भी चलाते जी 2000 दे पटाके चलाया। ਜੇ ਬੰਦ ਕਰਨੇ ਆ ਯਾਰ ਸਾਨੂੰ ਬਾਈ ਨੌਕਰੀਆਂ ਦੇ ਦੇਣ ਜੇ ਝਾੜੂ ਮਰਵਾਈ ਜਾਣ। ਮੈਂ ਉਹਦੇ ਲਾਇਆ 30,000 ਰੁਪਏ ਮੇਰਾ ਰੁਜ਼ਗਾਰ ਬਣਾਇਆ। ਪਹਿਲਾਂ ਮੈਂ ਦਿਹਾੜੀ ਕਰਦਾ ਸੀ, ਮੇਰੀ ਢੂਹੀ ਟੁੱਟੀ ਪਈ ਆ, ਠੀਕ ਆ, ਮੇਰੇ ਕੋਲ ਅਕਸਰ ਵੀ ਆ, ਭਾਵੇਂ ਭਗਵੰਤ ਮਾਨ ਨੂੰ ਦਿਖਾ ਦੋ ਵੀ ਇਹ ਦਿਹਾੜੀ ਤਾਂ ਕਰ ਨਹੀਂ ਸਕਦਾ, ਫਿਰ ਮੈਂ ਭੀਖ ਮੰਗਾ। ਲਓ ਬਾਈ ਜੀ ਵੱਡਾ ਰੌਲਾ ਅੱਜ ਪਿਆ ਵੈ ਰੇੜੀਆਂ ਵਾਲਿਆਂ ਦਾ। ਆ ਰੇੜੀਆਂ ਵਾਲੇ ਬਾਈਆਂ ਨਾਲ ਗੱਲਬਾਤ ਕਰਦੇ ਆ। ਤੁਸੀਂ ਮੈਨੂੰ 24 ਘੰਟੇ ਕਹਿੰਦੇ ਹੁੰਦੇ ਸੀ, ਮਜ਼ਦੂਰ ਹੀ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੂੰ ਮਜ਼ਦੂਰਾਂ ਤੇ ਨਹੀਂ ਬੋਲਦਾ, ਹਾਲਾਂਕਿ ਮੈਂ ਸ਼ੁਰੂ ਤੋਂ ਮਜ਼ਦੂਰਾਂ ਤੇ ਕਿਸਾਨਾਂ ਤੇ ਬੋਲਦਾ ਸ਼ੁਰੂ ਤੋਂ, ਪਰ ਵਿੱਚ ਕਹਿੰਦੇ ਹੁੰਦੇ ਸੀ ਵੀ ਕੱਲਾ ਰੰਧਾਵਾ ਕਿਸਾਨਾਂ ਦੀ ਵੱਧ ਕਰਾਉਂਦਾ ਗਾ। ਆ ਪਰਸੋਂ ਚੌਥੇ ਜਿੱਦੇ ਕਿਸਾਨਾਂ ਦਾ 2000 ਕਿਸਾਨਾਂ ਦੇ ਇਹਨਾਂ ਨੇ ਬ੍ਰਾਂਟ ਕੱਢੇ, ਮੈਂ ਬੋਲਿਆ। ਹਾਲਾਂਕਿ ਪਹਿਲਾਂ ਕਿਸੇ ਟਾਈਮ ਅਸੀਂ ਕਹਿੰਦੇ ਹੁੰਦੇ ਵੀ ਝਾੜੂ ਚੰਗਾ, ਪਰ ਮੈਂ ਮਜ਼ਦੂਰਾਂ ਕਿਸਾਨਾਂ ਲਈ ਸ਼ੁਰੂ ਤੋਂ ਬੋਲਦਾ, ਅੱਜ ਮਜ਼ਦੂਰਾਂ ਦਾ ਵੀ ਲਾਂਭਾ ਲਾਉਣ ਜਾ ਰਿਹਾ। ਕਿਸਾਨਾਂ ਦੇ ਹੱਕ 'ਚ ਤਾਂ ਆਪਾਂ ਵਿਸਾਖ ਦੀ ਯਾਰ ਮਰਜ਼ੀ ਹੈ, ਕਿਸਾਨ ਮਜ਼ਦੂਰਾਂ ਦੇ ਹੱਕ 'ਚ ਖੜਾਂਗੇ, ਹਿੱਕ ਠੋਕ ਕੇ ਖੜਾਂਗੇ। ਮੈਨੂੰ ਤਾਂ 10 ਸਾਲ ਹੋ ਗਏ ਫੇਸਬੁੱਕ ਤੇ ਬੋਲਦੇ, ਕਿਸੇ ਤੋਂ ਡਰਦੇ ਨਹੀਂ। ਪਰਚਾ ਕਰਨਾ ਜੋ ਕਰਨਾ ਕਰ ਲਓ, ਪਰ ਗੱਲਾਂ ਸੱਚੀਆਂ ਕਰਾਂਗੇ। ਕੋਈ ਇਹ ਨਹੀਂ ਹੈਗਾ ਵੀ ਝਾੜੂ ਚੰਗਾ ਉਹ ਚੰਗਾ, ਗੱਲ ਸੱਚ ਦੀ ਕਰਨੀ ਹੈ। ਜਿਹੜੀ ਪਾਰਟੀ ਦਿੱਲੀ ਤੋਂ ਚੱਲੂ ਉਹ ਪੰਜਾਬ ਦੀ ਹੋ ਹੀ ਨਹੀਂ ਸਕਦੀ। ਅਸੀਂ ਪਹਿਲਾਂ ਹੀ ਕਹਿਤਾ ਸੀ ਕੇਜਰੀਵਾਲ ਤਾਨਾ ਸਾਹਿਬ ਬੰਦਾ, ਇੱਥੇ ਗੱਲਾਂ ਬਾਤਾਂ ਹੋਣੀਆਂ ਕਰਦੇ ਹਾਂ। ਅਤੇ ਆਹ ਖੜਿਆ ਬਾਈ ਰੇੜੀਆਂ ਵਾਲੇ, ਬਾਈ ਫੜਿਓ ਮਾੜਾ ਜਿਹਾ ਕੈਮਰਾ, ਲਓ ਬਾਈ ਜੀ ਮਾੜੇ ਨੇੜੇ ਕਰ ਲਓ। ਬਾਈ ਜੀ ਗੱਲਬਾਤ ਇਹ ਆ ਵੀ ਇਹ ਬੰਦੇ ਕਹਿੰਦੇ ਵੀ ਅਸੀਂ ਤਾਂ ਜਮਾਂ ਮਾਰੇ ਗਏ, ਅਸੀਂ 2-2 ਹਜ਼ਾਰ ਦੇ ਪੜਾਕੇ ਚਲਾਏ ਜਦੋਂ ਝਾੜੂ ਜਿੱਤਿਆ। ਬਾਈ ਚਲਾਏ ਪੜਾਕੇ? ਮੈਂ ਆਪ ਚਲਾਇਆ ਖੁਦ ਜੀ। ਤੁਸੀਂ ਆਪ ਚਲਾਏ? ਸਾਰਿਆਂ ਨਾਲੋਂ ਵੱਧ ਝਾੜੂ ਨੂੰ ਵੋਟਾਂ ਪਾਉਣ ਵਾਲੇ ਵੀ ਇਹ ਸੀ। ਇੱਕ ਸੁਣ ਮੈਂ ਹੋਰ ਦੱਸਦਾ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਇਹ ਗੱਲ ਦਾ ਗੁੱਸਾ ਨਾ ਮੰਨਿਓ, ਗਰੀਬ ਜਨਤਾ ਜਿਹੜੀ ਘੱਟ ਰੋਟੀ ਪਾਈਦੀ, ਸਾਰਿਆਂ ਨਾਲੋਂ ਵੱਧ ਝਾੜੂ ਕਰਨੀ ਉਹ ਸੀ ਵੀ ਬਦਲਾ ਜੇ ਬਾਈ ਹੈਗੇ ਸੀ ਨਾ, ਸਾਰਿਆਂ ਨਾਲੋਂ ਵੱਧ ਇਹ ਸੀਗੇ। ਇਹਨਾਂ ਦੀ ਰੁਜ਼ਗਾਰ ਮਾਰਿਆ, ਹੁਣ ਇੱਕ ਇਹਨਾਂ ਨੇ ਨਵਾਂ ਕੰਮ ਚਲਾਇਆ ਵੀ ਇੱਕ ਤਾਂ ਰੇੜੀਆਂ ਕਰਾਉਂਦੀਆਂ ਐਕਸੀਡੈਂਟ, ਇੱਕ ਕਹਿੰਦੇ ਬਈ ਛੋਟੇ ਹਾਥੀਆਂ ਵਾਲੇ ਜਾਂ ਹੋਰ ਗੱਡੀਆਂ ਵਾਲੇ ਕਹਿੰਦੇ ਆ ਵੀ ਅਸੀਂ ਭਰਦੇ ਹਾਂ ਟੈਕਸ ਵੀ ਇਹ ਬੰਦ ਹੋਣੀਆਂ ਚਾਹੀਦੀਆਂ, ਵੀ ਅਸੀਂ ਸਰਕਾਰ ਨੂੰ ਕਿਹਾ ਵੀ ਇਹ ਬੰਦ ਹੋਣ। ਇਹ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ, ਅੱਡੋ ਅੱਡੀ ਲੋਕਾਂ ਦੇ ਵਿਚਾਰ ਵੀ ਹੈਗੇ ਆ। ਕੋਈ ਕਹਿੰਦਾ ਇਹ ਬੰਦ ਹੋਣੀਆਂ ਚਾਹੀਦੀਆਂ ਐਕਸੀਡੈਂਟ ਕਰਾਉਂਦੇ ਆ, ਕੋਈ ਕਹਿੰਦਾ ਨਹੀਂ ਬੰਦ ਹੋਣੀਆਂ ਚਾਹੀਦੀਆਂ। ਬਾਈ ਤੁਸੀਂ ਕਿੰਨੇ ਕਹਿ ਕਰਦੇ ਆ ਯਾਰ, ਸਾਨੂੰ ਬਾਈ ਨੌਕਰੀਆਂ ਦੇ ਦੇਣ ਜੇ ਝਾੜੂ ਮਰਵਾਈ ਆ। ਹਾਂ ਇੱਕ ਵਾਰੀ ਇੱਕ ਗੱਲ, ਮੈਂ ਇੱਕ ਗੱਲ ਤੁਹਾਨੂੰ ਲੌਜਿਕ ਦੀ ਹੋਰ ਦੱਸਦਾ। 125 ਕਰੋੜ ਆਬਾਦੀ ਆ ਦੇਸ਼ ਦੀ, ਸਾਰਿਆਂ ਨਾਲੋਂ ਵੱਡੀ ਬੇਰੁਜ਼ਗਾਰੀ ਇਸ ਦੇਸ਼ 'ਚ ਆ। ਜੇ ਬੰਦਾ ਆਪਦਾ 20-30 ਹਜ਼ਾਰ ਲਾ ਕੇ ਕੋਈ ਜੁਗਾੜ ਚਲਾ ਲੈਂਦਾ ਰੋਟੀ ਖਾਣ ਲੱਗ ਗਏ, ਤਾਂ ਤੁਸੀਂ ਉਹਨਾਂ ਦਾ ਰੁਜ਼ਗਾਰ ਖੋਣਾ ਗਾ? ਭਗਵੰਤ ਮਾਨ ਨੇ ਥੋੜੇ ਦਿਨ ਪਹਿਲਾਂ ਨੌਕਰੀਆਂ ਦਿੱਤੀਆਂ, ਉਹ ਵੀ ਯੂਪੀ ਬਿਹਾਰ ਦੇ ਬੰਦਿਆਂ ਨੂੰ। ਤੁਸੀਂ ਤਾਂ ਪਹਿਲੀ ਵਾਰਲੀਆਂ ਸਟੇਟਾਂ ਨੂੰ ਨੌਕਰੀਆਂ ਦੇ, ਇਹਨਾਂ ਪਹਿਲੀ ਸਾਨੂੰ ਰੁਜ਼ਗਾਰ ਨਹੀਂ ਦਿੰਦੇ। ਆਹ ਨਵਾਂ ਫਰਮਾਨ ਜਾਰੀ ਕਰਤਾ, ਕੀ ਕਹਿਣਾ ਚਾਹੁੰਦਾ ਬਾਈ? ਕਿੰਨੇ ਕਿੰਨੇ ਰੁਪਏ ਲਾਏ ਸੀ ਤੁਸੀਂ? ਅਸੀਂ ਲਾਇਆ ਬਾਈ 30,000 ਰੁਪਏ। ਮੈਂ ਉਹਦੇ ਲਾਇਆ 30,000 ਰੁਪਏ ਮੇਰਾ ਰੁਜ਼ਗਾਰ ਬਣਾਇਆ। ਪਹਿਲਾਂ ਮੈਂ ਦਿਹਾੜੀ ਕਰਦਾ ਸੀ, ਮੇਰੀ ਢੂਹੀ ਟੁੱਟੀ ਪਈ ਆ, ਠੀਕ ਆ, ਮੇਰੇ ਕੋਲ ਅਕਸਰ ਵੀ ਆ, ਭਾਵੇਂ ਭਗਵੰਤ ਮਾਨ ਨੂੰ ਦਿਖਾ ਦੋ ਵੀ ਇਹ ਦਿਹਾੜੀ ਤਾਂ ਕਰ ਨਹੀਂ ਸਕਦਾ, ਫਿਰ ਮੈਂ ਭੀਖ ਮੰਗਾ। ਤੁਹਾਡੀ ਇੱਥੋਂ ਰੋਟੀ ਚੱਲਦੀ ਜਵਾਕ ਪਾਲਦੇ? ਹਾਂ ਰੋਟੀ ਚੱਲਦੀ ਆ। ਤੇ ਇਹ ਹੁਣ ਤੁਹਾਡੇ ਤੇ ਇੱਕ ਇਲਜ਼ਾਮ ਲਾ ਰਿਹਾ ਗੱਡੀਆਂ ਵਾਲੇ ਵੀ ਅਸੀਂ ਟੈਕਸ ਭਰਦੇ ਆ, ਵੀ ਇਹ ਟੈਕਸ ਨਹੀਂ ਭਰਦੇ ਐਕਸੀਡੈਂਟ ਕਰਾਉਂਦੇ। ਤੁਸੀਂ ਐਕਸੀਡੈਂਟ ਕਿੰਨੇ ਕਰਾਉਂਦੇ? ਕੋਈ ਨਹੀਂ ਕਰਿਆ ਜੀ, ਜਮਾ ਨਹੀਂ ਕਰਿਆ ਜੀ, ਕਿਸੇ ਜਾਂ ਜਮਾ ਨਹੀਂ ਲੱਗੀ, ਪੇਟ ਹੀ ਪਾਲ ਰਹੇ ਹਾਂ। ਇੱਕ ਗੱਲ ਹੋਰ ਆ, ਤੁਹਾਨੂੰ ਗੱਡੀਆਂ ਵਾਲੇ ਕਹਿੰਦੇ ਵੀ ਸਾਡੀ ਇਹ ਘੱਟ ਰੇਟ ਤੇ ਚੱਕ ਕੇ ਲੈ ਜਾਂਦੇ ਸਮਾਨ, ਤੁਸੀਂ ਲੈ ਕੇ ਜਾਂਦੇ ਹੋ ਚੱਕ ਕੇ? ਜਮਾ ਨਹੀਂ ਲੈ ਕੇ ਜਾਂਦੇ, ਤੁਸੀਂ ਉਹੀ ਜਿਹੜਾ ਤੁਹਾਨੂੰ ਕਰਮਾਂ ਵੱਲੋਂ ਮਿਲਦਾ ਗਾ ਉਹੀ ਤੁਸੀਂ ਚੱਕ ਲੈ। ਜਿਹੜਾ ਸੌਦਾ ਜਿਵੇਂ ਹੁਣ ਉਹ ਕਹਿ ਦਿੰਦੇ ਆ ਸਾਡੇ ਤੋਂ ਬੋਰੀ ਨਹੀਂ ਚੱਕੀ ਜਾਂਦੀ ਜਾਂ ਬੈੱਡ ਨਹੀਂ ਚੱਕਿਆ ਜਾਂਦਾ ਜਾਂ ਅਲਮਾਰੀ ਨਹੀਂ ਚੱਕੀ ਜਾਂਦੀ, ਤੇ ਤੁਸੀਂ ਆਪੇ ਚੱਕ ਲਿਓ। ਉਹਨਾਂ ਨੇ ਜਦੋਂ ਆਰਡਰ ਸਾਨੂੰ ਕਰਿਆ ਤਾਂ ਅਸੀਂ ਚੱਕਣ ਲੱਗ ਗਏ, ਨਹੀਂ ਅਸੀਂ ਨਹੀਂ ਚੱਕਦੇ, ਅਸੀਂ ਉਹਨਾਂ ਕੀ ਸਮਾਨ ਲੈਣਾ ਬੜਾ। ਬਿਲਕੁਲ ਬਾਈ, ਖਿੱਚ ਕੇ ਸ਼ੇਅਰ ਕਰ ਦਿਓ, ਜਿੱਥੇ ਭਗਵੰਤ ਮਾਨ ਪਾਰਟੀ ਚੰਗਾ ਕੰਮ ਕਰੂ ਨਾਲ ਖੜਾਂਗੇ, ਨਹੀਂ ਅਸੀਂ ਤਾਂ ਘੜੀਸਾਂਗੇ ਧਰ ਕੇ। ਬਾਈ ਹੁਣ ਤੁਸੀਂ ਇਹ ਦੱਸੋ ਵੀ ਤੁਸੀਂ ਤਾਂ ਜਮਾਂ ਮਾਰੇ ਜਾਓਗੇ ਜੇ ਸਾਡੇ ਜਵਾਕ ਜੀ ਭੁੱਖੇ ਮਰਨਗੇ ਜਮਾਂ ਜੀ? ਇੱਥੇ ਹੀ ਚੱਲ ਰਿਹਾ ਰੁਜ਼ਗਾਰ। ਬਾਈ ਜੀ ਤੁਸੀਂ ਕੀ ਵਿਚਾਰ ਦੇਣ ਕਰਨ? ਆ ਬਾਈ ਜੀ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਸਹੀ ਦਿਲ ਤੇ ਹੱਥ ਰੱਖ ਕੇ ਵੀ ਤੁਸੀਂ ਵੋਟਾਂ ਕਿਹਨੂੰ ਪਾਈਆਂ ਸੀ? ਇਹਨਾਂ ਦਾ ਕਹਿਣਾ ਹੈ ਜੀ ਵੀ ਇਹਨਾਂ ਨੇ ਸਾਰਿਆਂ ਨੇ ਵੋਟਾਂ ਜਿਹੜੀਆਂ ਹੈਗੀਆਂ ਸੀ ਉਹ ਝਾੜੂ ਨੂੰ ਪਾ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਹੈ ਸਰਕਾਰ ਬਣਾਈ ਹੈ। ਪਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਦਾ ਪਹਿਲਾਂ ਵੀ ਕਈ ਤੁਗਲਕ ਫਰਮਾਨ ਜਾਰੀ ਹੋਏ ਨੇ, ਜਿਵੇਂ ਬਿਜਲੀ ਨੂੰ ਲੈ ਕੇ ਵੀ ਹੋਇਆ ਹੈਗਾ। ਬਿਜਲੀ ਪਹਿਲਾਂ ਮੇਰੇ ਹਿਸਾਬ ਦੇ ਵਿੱਚ ਇਹਨਾਂ ਸਾਰਿਆਂ ਨੂੰ
शर्त लगा दी गई है जे 600 तो प्लस हुंदी है तां उसका सारा बिल मतलब इन्हां नूं भरना पऊगा। 600 तो प्लस इन्हां दी हुंदी क्योंकि अजकल देखिया जाए तां मतलब कूलर हरेक दे घरे होऊगा, टीवी हरेक दे घरे है, तीन चार पखे भी तीन पखे ला लीए, ठीक है, बल्ब भी होणगे, तां 600 तो प्लस यूनिट इन्हां गरीब बंदिया दी हो ही जांदी है। जे 650 भी होगी तां इन्हां नूं ओ सारा बिल भरना पऊगा, मतलब ओ जिहड़ी 200 मतलब 400 यूनिट माफ सीगी महीने दो महीनिया दी बिल दे विच इन्हां दी बेचारिया दी ओह भी कट दित्ती गई है। भाई गल सुन लो भाई, 1200 बंदा देखदा रहेगा, 1200 बंदा देखदा भाई पत्रकार, गरीब बंदे दी रोटी का मसला सारे जने शेयर करो। भाई सुनो एक गल होर दस दें, केजरीवाल ने 10,000 कंप्यूटर वाला बंदा बहाता चंडीगढ़ जिहड़ा सोशल मीडिया से केजरीवाल के विरुद्ध बोलू उन्हूं मां भैण दीआं गालां कढ़दे आ। इन्हां ने एक तो आह कम चला लिया, तो एक बई की जिहड़ी बिजली वाली बहुत सोहनी गल है, इहदे ते मैं सुनूं एक गल करनी चाहुंदा, बई ने भी दस्सिया ਬਾਈ ਜੀ ਜਿਹੜਾ ਜਮਾ ਗਰੀਬ ਬੰਦਾ ਜੀ ਉਹਦੇ ਫਰਿੱਜ ਹੈਗੀ ਨਾ। ਇੱਕ ਹੋਰ ਵੀ ਇਹਨਾਂ ਦਾ ਇੱਕ ਫਰਮਾਨ ਜਾਰੀ ਹੋਇਆ ਵੀ ਜਿਹੜੀ 2 ਰੁਪਏ ਕਿਲੋ ਕਣਕ ਮਿਲਦੀ ਸੀ ਅਸੀਂ ਉਹਦਾ ਹੁਣ ਆਟਾ ਦਵਾਂਗੇ। ਪਹਿਲਾਂ ਤਾਂ ਸੁਣਨ ਦੇ ਵਿੱਚ ਇਹ ਆ ਰਿਹਾ ਵੀ ਇਹ ਜਿਹੜਾ ਆਟਾ ਹੈਗਾ 8 ਰੁਪਏ ਕਿਲੋ ਦਿੱਤਾ ਜਾਊਗਾ, ਜਦਕਿ ਭਿਹਾਈ ਜੇ ਆਪਾਂ ਲਾਈਏ 1.5 ਰੁਪਏ ਭਿਹਾਈ ਚੱਲਦੀ ਹੈ, 2 ਰੁਪਏ ਕਿਲੋ ਪਹਿਲਾਂ ਦਿੰਦੇ ਸੀ, 3.5 ਰੁਪਏ ਕਿਲੋ ਦੇਣੀ ਚਾਹੀਦੀ। ਚਲੋ ਆਪਣਾ ਉਸ ਨਾਲ ਕੋਈ ਮੈਟਰ ਨਹੀਂ ਹੈ, ਹੁਣ ਗੱਲ ਆ ਗਈ ਆਟੇ ਦੀ। ਹਾਂਜੀ ਆਟਾ ਮੈਂ ਕਹਿੰਦਾ ਜਮਾ ਆਟਾ ਦੇ ਦੇਣਾ, ਹਾਂਜੀ, ਪਰ ਇਹ ਭਗਵੰਤ ਮਾਨ ਪਹਿਲਾਂ ਗੋਦਾਮਾਂ ਦੇ ਵਿੱਚ ਜਾ ਕੇ ਦੇਖੇ ਉੱਥੇ ਕਣਕ ਦੀ ਕੀ ਹਾਲਤ ਹੁੰਦੀ ਹੈ, ਉੱਥੇ ਐਡੇ ਐਡੇ ਦਾ ਚੂਹੇ ਹੁੰਦੇ ਨੇ, ਸੱਪ ਹੁੰਦੇ ਨੇ, ਸੁੰਡੀਆਂ ਹੁੰਦੀਆਂ ਨੇ ਕਣਕ ਦੇ ਵਿੱਚ, ਗਲੀ ਸੜੀ ਕਣਕ ਹੁੰਦੀ ਹੈ। ਇਹ ਗਰੀਬ ਬੰਦੇ ਚਲੋ ਕਣਕ ਲੈ ਕੇ ਆਉਂਦੇ ਸੀ ਮਜਬੂਰੀ ਦੇ ਵਿੱਚ, ਉਹਨੂੰ ਧੋਂਦੇ ਸੀਗੇ, ਉਹਨੂੰ ਧੋਂਦਾ ਸੀਗਾ, ਪਰ ਹੁਣ ਜਿਹੜੇ ਚੱਕੀ ਵਾਲਿਆਂ ਨੇ ਇਹਨਾਂ ਨੇ ਠੇਕੇ ਕੀਤੇ ਨੇ ਵੀ ਮਤਲਬ ਚੱਕੀਆਂ ਵਾਲੇ ਚੱਕਣਗੇ ਕਣਕ ਉੱਥੋਂ, ਉਹ ਚੱਕੀ ਵਾਲੇ ਕਣਕ ਚੱਕਣਗੇ, ਉਹਨਾਂ ਨੇ ਕੋਈ ਧੋਣੀ ਤਾਂ ਹੈ ਨੀ, ਹਾਂਜੀ ਉਹਨਾਂ ਨੇ ਸੜੀ ਗਲੀ ਮਤਲਬ ਚੂਹਿਆਂ ਦੇ ਪਿੱਠਾ ਪੁੱਠਾ ਸਭ ਵਿੱਚੀ ਉਹਨਾਂ ਨੇ ਪੀਣੀਆਂ ਨੇਗੀਆਂ, ਉਹੀ ਆਟਾ ਇਹਨਾਂ ਕੋਲ ਆਊਗਾ, ਕਿਵੇਂ ਖਾਣਗੇ ਜੀ ਉਹ ਆਟਾ। ਗੱਲ ਸਹੀ ਹੈ ਬਾਈ, ਬਾਈ ਇੱਕ ਕਮੈਂਟ ਹੈ, ਇੱਕ ਲੋਕ ਹੋਰ ਰੈਕ ਦੇ ਰਹੇ ਆ, ਤੁਸੀਂ ਜੀ ਦੁਰਦਸੀ ਚੱਲੋ, ਕਹਿੰਦੇ ਇਹ ਪਰਮਿਟ ਕਿਉਂ ਨਹੀਂ ਹੁੰਦੇ, ਪਰਮਿਟ ਨੂੰ ਮਿੰਨੀਆਂ ਚੱਲਦੀਆਂ ਇਹਨਾਂ ਦੀਆਂ 20,000 ਦੇ ਸੰਦ ਆ। ਜਦੋਂ ਅਸੀਂ ਜੀ ਆਹ ਬੰਦੇ ਨੂੰ ਮੈਂ ਜਾਣਦਾ ਪਰਸਨਲੀ ਤੌਰ ਤੇ ਜਾਣਦਾ ਹਾਂਗਾ, ਇਹ ਬੰਦੇ ਕੋਲੇ ਕੋਈ ਰੋਜ਼ਗਾਰ ਨਹੀਂ ਸੀਗਾ, ਵਿਹਲਾ ਤੁਰਿਆ ਫਿਰਦਾ ਸੀ ਜੀ, ਕਿਸੇ ਨੇ 1,000 ਦੀ ਕਿਸੇ ਨੇ 2,000 ਦੀ ਮਤਲਬ ਮਦਦ ਕਰਕੇ ਇਹਨੂੰ ਆਹ ਮਤਲਬ ਰੇੜੀ ਲੈ ਕੇ ਦਿੱਤੀ ਹੈ ਜੀ। ਹੁਣ ਵਿਚਾਰਾ ਇਹ ਕਿੰਨੇ ਕੁ ਰੁਪਏ ਵੀਰੇ ਇੱਕ ਦਿਹਾੜੀ ਦੇ ਵਿੱਚ ਤੂੰ ਕਮਾ ਲੈਣਾ ਹੈਗਾ, 300 ਰੁਪਏ ਬਣ ਜਾਂਦਾ ਜੀ, 250-300 ਬਣਾ ਲੈਂਦਾ ਹੋਊਗਾ, ਚਲੋ ਵਧੀਆ ਆਪਦੀ ਰੋਜ਼ਗਾਰ ਚਲਾਉਣ ਲੱਗ ਗਿਆ ਸੀ। ਪਰ ਜੇ ਇਹ ਰੇੜੀਆਂ ਬੰਦ ਹੋ ਜਾਂਦੀਆਂ ਨੇਗੀਆਂ, ਹੁਣ ਮੈਨੂੰ ਸਰਕਾਰ ਇਹ ਦੱਸੇ ਵੀ ਇਹ ਕੀ ਕਰੂਗਾ, ਇਹ ਕੋਈ ਬੱਸ ਪਾਲੂਗਾ, ਬਾਈ ਜੀ ਸਾਰੀਆਂ ਗਰੰਟੀਆਂ ਤੋਂ ਭੱਜ ਰਹੇ ਆ। 1 ਕਿਲੋ ਬਾਟ ਵਾਲੇ ਦਾ ਮਾਫ ਕੀਤਾ, ਹਰੇਕ ਦੇ ਘਰੇ ਫਰਿੱਜ ਆ, 3 ਪੱਖੇ ਆ, 10 ਜੁੰਟਾਂ ਤੋਂ ਵੱਧ ਮੱਚੂ ਹਰੇਕ ਨੂੰ ਬਿਲ ਆਊਗਾ, ਇਹਨਾਂ ਤੋਂ ਕੋਈ ਵਾਅਦਾ ਪੂਰਾ ਨਹੀਂ ਹੋ ਰਿਹਾ। ਮਹੀਨੇ ਚ ਸਰਕਾਰ ਫੇਲ ਹੋ ਗਈ, ਸੋਸ਼ਲ ਮੀਡੀਆ ਤੇ ਇਹਨਾਂ ਨੇ ਬੈਂਕ ਬਣਾ ਕੇ ਕਰੋੜਾਂ ਰੁਪਏ ਲਾ ਕੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਗਾਲਾਂ ਕੱਢ ਰਿਹਾ, ਕੁਛ ਇਹਨਾਂ ਤੋਂ ਬਣ ਰਿਹਾ ਨੀਗਾ, ਸਾਡੇ ਪੇਜਾਂ ਦੀਆਂ ਰੀਚ ਘਟਾ ਰਿਹਾ, ਫੇਸਬੁੱਕ ਤੇ ਵੀਡੀਓ ਜਿਹੜੇ ਇਹਨਾਂ ਦੇ ਵਿਰੁੱਧ ਪਾਉਣੇ ਆ ਉਹ ਚੱਲਣ ਨਹੀਂ ਦੇ ਰਹੇ, ਸਾਰਿਆਂ ਨੂੰ ਖਤਰਨਾਕ ਸਰਕਾਰ ਲੱਗ ਰਹੀ ਆ, ਅਕਾਲੀ ਕਾਂਗਰਸ ਨੂੰ ਚੰਗੇ ਕਹਾ ਦੇਣਗੇ। ਇੱਕ ਮੈਟਰ ਹੋਰ ਹੈ, ਭਗਵੰਤ ਮਾਨ ਸਰਕਾਰ ਨੇ ਖੱਡੇ ਬੰਦ ਕਰਾਤੇ, ਬਜਰੀ ਦੇ ਖੱਡੇ ਬੰਦ ਕਰਾਤੇ, ਬਰੇਤੀ ਦੇ ਖੱਡੇ, ਆਖੇ ਨਜਾਇਜ਼ ਮਾਈਨਿੰਗ ਚੱਲਦੀ ਸੀਗੀ, ਮੈਂ ਕਹਿੰਦਾ ਜਮਾ ਚੱਲਦੀ ਸੀ ਨਜਾਇਜ਼ ਮਾਈਨਿੰਗ ਜੀ, ਖੱਡੇ ਬੰਦ ਕਰਤੇ, ਜਿਹੜੇ ਗਰੀਬ ਬੰਦੇ ਇਹਨਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਵਿਚਾਰਾ ਕਮਰਾ ਪਾਉਂਦਾ, ਕੋਈ ਫਲੱਸ਼ ਪਾਉਂਦਾ, ਕੋਈ ਬਾਥਰੂਮ ਪਾਉਂਦਾ, ਕਿਸੇ ਇੱਕ ਮਿਡਲ ਵਰਗ ਦੇ ਬੰਦੇ ਨੇ ਇੱਕ ਮਕਾਨ ਬਣਾਉਣਾ ਹੈਗਾ, ਬਾਊ ਜੀ ਜਿਹੜੀ ਰੇਤੇ ਦਾ ਰੇਟ 20 ਰੁਪਏ ਫੁੱਟ ਸੀਗਾ, 20 ਰੁਪਏ ਫੁੱਟ ਸੀਗਾ, ਅੱਜ ਬਾਜ਼ਾਰ ਦੇ ਵਿੱਚੋਂ ਪਤਾ ਕਰੋ ਉਹਦਾ 25 ਰੁਪਏ 26 ਰੁਪਏ ਫੁੱਟ ਹੋ ਚੁੱਕਿਆ, 5 ਰੁਪਏ 6 ਰੁਪਏ ਫੁੱਟ ਬਲੈਕ ਦੇ ਵਿੱਚ ਰੇਤਾ ਵਿਕ ਰਿਹਾ ਹੈਗਾ, ਸਰਕਾਰ ਇਹਦੇ ਵੱਲ ਕਿਉਂ ਨਹੀਂ ਧਿਆਨ ਦੇ ਰਹੀ? ਕੱਲੇ ਐਲਾਨ ਆ ਬਾਈ, MLA ਕਹਿੰਦੇ ਸਾਨੂੰ ਪੈਨਸ਼ਨਾਂ ਮਿਲ ਰਹੀਆਂ, ਮਤਾ ਤਾਂ ਲੈ ਕੇ ਨਹੀਂ ਆਉਂਦੇ ਵਿਧਾਨ ਸਭਾ ਚ, ਕੱਲੇ ਐਲਾਨ ਕਰੀ ਜਾਂਦੇ ਆ ਜੀ, ਪੈਨਸ਼ਨ ਵਾਲਾ ਵੀ ਕੱਲਾ ਐਲਾਨ ਹੈ, ਕਿਸੇ ਦੀ ਪੈਨਸ਼ਨ ਬੰਦ ਨਹੀਂ ਹੋਈ, ਸਾਰੇ MLA ਨੂੰ ਮਿਲ ਰਹੀ, ਸਾਰਿਆਂ ਨੂੰ ਪ੍ਰੋਪਰ ਉਸ ਕੱਲੇ ਸਾਰੇ ਐਲਾਨ ਆ, ਜਿਹੜੀ ਆਰੀ ਚੱਲ ਰਹੀ ਹੈ ਉਹ ਗਰੀਬ ਬੰਦਿਆਂ ਤੇ ਆਰੀ ਚੱਲ ਰਹੀ ਹੈ ਸਰਕਾਰ। ਇੱਕ ਬਾਈ ਗੱਲ ਸੁਣ ਲਓ, ਇੱਕ ਤੁਸੀਂ ਸੌਂਹ ਖਾ ਕੇ ਦੱਸੋ ਆਪਾਂ ਨੂੰ, ਪੁਲਿਸ ਅਫਸਰ ਰਿਸ਼ਵਤ ਲੈਂਦਾ ਜਾਂ ਕੋਈ ਵੀ, ਤੁਸੀਂ ਐਂ ਦੱਸੋ ਆਪਾਂ ਨੂੰ ਜਦੋਂ ਆਪਾਂ ਵੀਡੀਓ ਬਣਾਉਣ ਲੱਗੇ ਆਪਾਂ ਨੂੰ ਸਿਪਾਹੀ ਵੀ ਬਾਈ ਵੀਡੀਓ ਨਹੀਂ ਬਣਾਉਣ ਦਿੰਦਾ, ਨਹੀਂ ਦਿੰਦੇ ਜੀ, ਮੋਬਾਈਲ ਖੋਲਣ ਦੇ ਨੇ, ਭਗਵੰਤ ਮਾਨ ਕਹਿੰਦਾ ਮੈਨੂੰ ਵੀਡੀਓ ਬਣਾ ਕੇ ਭੇਜੋ। ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਛੋਟੀ ਜੀ,
तहसीलदार को रजिस्ट्री कराने जाने बई पहली गल तहसीलदार हूं ए कह लग गया बी भाई तह तो बढ़ ही सकता है मैंने रजिस्ट्री के वध पैसे दो दूजी गल कह बई अंदर तो तुम वीडियो बनाओगे चाले खोखे फड़ा जो ज्यादा तुम सीधा ऐलान करो भी भाई असी जरा मालवे च 12 किसान मर गए पिछले दो दिन कोई पता ही नहीं ला रहा पुलिस वाले नूं बोलता भी असीं 1 करोड़ रुपया देवांगे केजरीवाल कहते मैं 1 करोड़ रुपया किसानों नूं दिना जे खुदकसी हुंदी है जां मौत हुंदी है तां इत्थे पंजाब च क्यों नहीं दिंदे आ रेड़ियां वाले भाई चीका मारदे सारे नूं वध वोटां तुसीं पाईआं झाड़ू नूं सही पाईआं पाईआं ना 10-10 वोटां गईआं ने हां रिश्तेदारां नूं इन्हां ने प्रचार भी कीता हैगा आम आदमी पार्टी दे झंडे हरेक दी रेहड़ी दे उत्ते लगे सीगे हरेक दी रेहड़ी दे उत्ते आम आदमी पार्टी दे झंडे आप देखे ने बाबा किन्ने दे पटाके चलाए सी 2000 दे चलाते सीगे हां 2000 दे पटाके चलाते सी बाई जी होर दसो तुसीं इन्हां नाल होर ये विषय ते गल करो क्योंकि लोगों के कमेंट ये आ रहे हैं भी ये दोबारे फिर सुनूं दस रहा भी ये एक्सीडेंट कराउंदे आ ये परमिट नहीं लैंदे वड्डियां गड्डियां दीआं सवारियां चाकदे आ ये कूलर फ्रिज छड्ड के आउंदे आ इहदे बारे बई करो गलबात माड़ी वीर जी गल यह हैगी है भी मैं तो कोई एक्सीडेंट देखो इन्हां रेहड़ियां ना हुंदा देखिया नहीं क्योंकि यह रेहड़ियां जिहड़ियां हैगियां ने आम तौर दे उत्ते लोकां दी सहूलत लई मतलब जिहड़ियां हैगियां लोकल दे विच चलदियां ने हां जी ये बेचारे किसी तो 50 रुपये लैके किदा फ्रिज छड्ड के आउंदे ने किदा एसी छड्डिआं दा किसी ने कोई घोड़ी चकनी है मतलब घोड़ी रख के कोई पौड़ी रख के इन्होंने छड़िया दी छोटा मोटा निक्का मोटा समान यह छड़ के आपके 20-50 रुपये जो है लेंदे ने हाथ में 250-300 रुपया बनाने के आपके परिवार का यह जोड़ा है खर्चा पानी मतलब मसा मुश्किल दे नाल चलाउंदे ने गे मैं इन्हां तों पुछना चाहुंदा भाई शेयर करी जाओ वीडियो 1700 देखदा मेरे मान लो भी थोड़ियां रेहड़ियां बंद करतीआं डीएसपी साहब तापा ने भी बयान दिता है भी जे किसी दी रेहड़ी देख ली तां असीं उहदे रेहड़ी बंद करांगे मान लो ठीक है ਤਾਂ ਤੁਸੀਂ ਹੁਣ ਮਤਲਬ ਕੀ ਸੋਚਿਆ ਵੀ ਕੀ ਕਰੋਗੇ ਇਦੋਂ ਬਾਅਦ ਤੁਸੀਂ ਹੁਣ ਫਿਰ ਮੇਰੀ ਗੱਲ ਸੁਣੋ ਜੀ ਹੁਣ ਮੇਰੀ ਤੂੰ ਡਿਸਕ ਹਿੱਲੀ ਵੀ ਆ ਅਕਸਰੇ ਮੇਰੇ ਕੋਲੇ ਨੇ ਦੋਨੇ ਉਹ ਵੀ ਦਿਖਾ ਦੇਣੇ ਆਗੇ ਠੀਕ ਹੈ ਨਾ ਫਿਰ ਉਹਨਾਂ ਨੂੰ ਮੈਂ ਦੱਸੋ ਜੀ ਫਿਰ ਮੈਂ ਭੀਖ ਮੰਗਾ ਸਾਨੂੰ ਤਾਂ 2-4 ਲੱਖ ਰੁਪਇਆ ਦੇ ਦੇਣਾ ਉਹ ਪੁੱਠੀ ਗੱਲ ਨਹੀਂ ਹੋਰ ਕੀ ਕਰੂਗਾ ਇਹ ਪਾਲਾਂਗੇ ਨਹੀਂ 2 ਲੱਖ ਤਾਂ ਸਰਕਾਰ ਨੇ ਕੀ ਦੇਣਾ ਜੀ ਇਹ ਤਾਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਜਿਹੜਾ ਹੈਗਾ ਉਹ ਵੀ ਕਢਵਾਉਣ ਨੂੰ ਤਿਆਰ ਹੋਣਾ ਚਾਹੀਦਾ ਕੰਮ ਤਾਂ ਹੁੰਦਾ ਨਹੀਂ ਇਹਦੇ ਉਹ ਵੀ ਕਢਵਾਈਏ ਦੇ ਤੁਹਾਡੀ ਪਹਿਲਾਂ 2-200 ਯੂਨਿਟ ਮਾਫੀ ਉਹ ਵੀ ਉਹ ਚਲ ਉਹ ਵੀ ਖੋਲੀ ਇੱਕ ਤਰ੍ਹਾਂ ਦੀ ਕਰਾਂਗੇ ਵੀ ਕਿੰਨਾ ਕੰਮ ਕੰਮ ਕੋਈ ਮਹਿੰਗਾਈ ਦੇਖ ਲਓ ਮਹਿੰਗਾਈ ਕੰਮ ਦੇ ਰਹੇ ਨਹੀਂ ਸਾਨੂੰ ਉਹ ਕੁਝ ਨਹੀਂ ਦੁਨੀਆ ਅੱਜ ਦਿਹਾੜੀ ਤੇ ਬਗ ਜਾਣੇ ਨਾ ਬਾਈ ਜਿਵੇਂ ਆਪਾਂ ਸਬਜ਼ੀ ਨਹੀਂ ਖਰੀਦਦੇ ਦੇਖ ਕੇ ਖਰੀਦਦੇ ਆ ਵੀ ਆ ਆਲੂ ਕੰਮ ਦਾ ਆ ਗੰਡਾ ਕੰਮ ਦਾ ਉਥੇ ਤਕੜੇ ਬੰਦੇ ਨੂੰ ਦੇਖਦੇ ਨੇ ਵੀ ਆ ਸਾਡਾ ਬੰਦਾ ਕੰਮ ਕਰ ਬਾੜੇ ਨੂੰ ਤਾਂ ਲੈ ਕੇ ਨਹੀਂ ਜਾਂਦੇ ਪੂਰੀ ਚੜ ਜੂ ਉਥੇ ਬੁੜੇ ਠੇਰੇ ਨੂੰ ਕਮਜ਼ੋਰ ਬੰਦੇ ਨੂੰ ਦਿਹਾੜੀ ਨਹੀਂ ਲੈ ਕੇ ਜਾਂਦੇ ਹਾਂ ਤਕੜੇ ਬੰਦੇ ਨੂੰ ਲੈ ਕੇ ਓ ਆ ਜਾ ਬਾਈ ਫੋਟੋ ਆਪ ਦੇ ਕਰਦੇ ਉਡੀਆਂ ਹਾਂ ਹਾਂ ਬਾਈ ਚਲੋ ਹੋਰ ਪੁੱਛੋ ਕੀ ਪੁੱਛਦੀ ਤੁਸੀਂ ਅਸੀਂ ਤਾਂ ਐਂ ਕਹਿੰਦੇ ਜੀ ਸਾਡੀਆਂ ਰੇੜੀਆਂ ਬੰਦ ਹੋ ਗਈਆਂ ਅਸੀਂ ਫਿਰ ਜਵਾਕ ਕਿੱਥੋਂ ਪਾਲਾਂਗੇ ਫਿਰ ਇਹਨਾਂ ਦੇ ਰੇੜੀਆਂ ਬੰਦ ਕਰ ਦਈਏ ਸਾਡੀਆਂ ਹਾਂ ਇੱਥੇ ਪੁੱਠੇ ਹੀ ਕੰਮ ਕਰਨੇ ਪੈਣਗੇ ਆਪਾਂ ਤੇ ਅਸੀਂ ਕਹਿਣ ਵਾਲੇ ਆ ਕੋਈ ਨਸ਼ਾ ਵੇਚੂਆ ਕੋਈ ਕੁਝ ਕਰੂਗਾ ਟਾਈਮ ਤੇ ਪਾਸ ਕਰਨੇ ਆ ਬੱਚੇ 3-3, 4-4 ਸਾਰਿਆਂ ਦੇ ਹੈਗੇ ਆ ਇਹ ਹੈ ਨਹੀਂ ਕਿ ਕੋਈ ਬਿਗੈਰ ਬੱਚਿਆਂ ਵਾਲਾ ਗੱਲ ਸਹੀ ਆ ਸਾਰਿਆਂ ਦੀ ਔਲਾਦ ਹੈਗੀ ਆ ਬਾਈ ਬਹੁਤ ਧੱਕਾ ਹੋਇਆ ਇਹਨਾਂ ਨਾਲ ਇਹਦਾ ਚੀਕਾ ਮਾਰਦਿਆਂ ਖੜਿਆ ਰੇੜੀਆਂ ਵਾਲੇ ਤੁਹਾਨੂੰ ਹੋਰ ਦੱਸਦੇ ਆ ਇਹ ਤਾਂ ਘਰੇ ਫ੍ਰਿਜ ਕੂਲਰ ਛੱਡ ਕੇ ਆਉਂਦੇ ਹੋਣਗੇ ਜਾਂ ਕਣਕ ਵਾਲੇ ਢੋਲ ਜਾਂ ਕੋਈ ਹੋਰ ਬੈੱਡ ਬੁੱਡ ਲੈਨੇ ਆਪਾਂ ਉਹ ਛੱਡ ਕੇ ਆਉਂਦੇ ਪਿੰਡਾਂ 'ਚ ਆ ਬਾਈ ਗੱਤੇ ਵਾਲਾ ਇਹਦਾ 24 ਘੰਟੇ ਚਲਾਉਂਦਾ ਗੱਤੇ ਵਾਲੇ ਦੀ ਕਿਹੜੀ ਰੇੜੀ ਆ ਬਾਈ ਦੀ ਹਾਂ ਆ 24 ਘੰਟੇ ਬਾਈ ਐਸੇ ਰੇੜੀ ਤੇ ਚੱਲਦਾ ਗਾ ਬਾਈ ਤੂੰ ਇਹ ਗੱਤੇ ਤੇ ਕੰਮ ਚਲਾਉਣਾ ਪਿੰਡਾਂ 'ਚ ਖਰੀਦਾਂਗਾ ਕਬਾੜ ਦਾ ਸਾਰਾ ਕੁਝ ਤੂੰ ਇੱਥੇ ਹੀ ਕਰਦਾ ਹਨਾ ਯਾ ਦੇਖ ਲਓ ਬਾਈ ਫਿਰ ਇਹਦਾ ਜ਼ਮੀਰ ਰਜ਼ਗਾਰ ਮਾਰਿਆ ਜਾਊਗਾ ਬਹੁਤ ਧੱਕਾ ਹੋ ਰਿਹਾ ਬਾਈ ਜੀ ਹੋਰ ਤੁਸੀਂ ਕੋਈ ਬੋਲਣਾ ਚਾਹੁੰਦੇ ਹੋ ਕਿ ਫਿਰ ਬੰਦ ਕਰੀਏ ਹੋਰ ਤੁਸੀਂ ਬਾਈ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਮੰਗ ਬੋਲੋ ਬੋਲੋ ਨਾਰੇਬਾਜ਼ੀ ਕਰਨੀ ਇੱਕ ਵਾਰੀ ਹਾਂ ਕਰੋ ਗੱਲ ਕਰੋ ਬਾਈ ਅਸੀਂ ਤਾਂ ਇਹ ਕਹਿੰਦੇ ਆਂ ਵੀ ਅਸੀਂ ਗਲਤ ਸਰਕਾਰ ਬਣਾਤੀ ਭਗਵੰਤ ਮਾਨ ਹਾਂ ਧੱਕਾ ਹੋਇਆ ਧੱਕਾ ਹੋਇਆ ਨੇ ਵੋਟਾਂ ਪਾਈਆਂ ਸਾਡੇ ਦੀ ਝਾੜੂ ਫੇਰ ਤਾਂ ਅੱਜ ਤੁਹਾਨੂੰ ਫਰਮਾਨ ਜਾਰੀ ਹੋ ਗਿਆ ਵੀ ਬਾਈ ਬੰਦ ਕਰੋ ਇੱਥੋਂ ਕਹੇ ਤਾਂ ਤੁਹਾਨੂੰ ਹਾਂਜੀ ਹਾਂਜੀ ਬਾਈ ਜੀ ਡੀਐਸਪੀ ਨੇ ਕਿਹਾ डीएसपी तापा दा बयान लग्या होया अज पेपर दे विच भी जेडी रेडियां हैगियां ने असी ओ बंद करांगे ठीक है पर मैं तां इक गल तो हैरान है भी भगवंत मान जी साडे मुख्यमंत्री साहब नू ਕਿਹੜੇ ਅਫਸਰ ਬੈਠੇ ਨੇ ਉੱਥੇ ਆਈਐਸ ਲੋਬੀ ਦੇ ਵੀ ਜਿਹੜੇ ਇਹ ਜੀਆਂ ਉਹਨਾਂ ਨੂੰ ਮਤਲਬ ਸਕੀਮਾਂ ਦੇ ਰਹੇ ਨੇ ਆਹ ਬੰਦ ਕਰੋ ਆਹ ਬੰਦ ਕਰੋ ਜਿਹੜੀਆਂ ਸਕੀਮਾਂ ਚਲਾਉਣੀਆਂ ਨੇ ਉਹ ਤਾਂ ਚਲਾ ਨਹੀਂ ਰਹੇ ਹੈਗੇ ਰਚਕਾਰ ਹੀ ਬੰਦ ਕਰਾਈ ਜਾਂਦੇ ਹਨ ਨਾ ਇੱਕ ਗੱਲ ਇਹ ਹੋਰ ਕਹਿ ਰਿਹਾ ਕਹਿੰਦੇ ਜੇ ਐ ਰੇੜੀਆਂ ਬੰਦ ਕਰ ਲਈਆਂ ਫਿਰ ਹੌਲੀ ਹੌਲੀ ਬਦਲਾਅ ਆਊ ਇਹਨੂੰ ਸੋਹਣਾ ਕਰਾਂਗੇ ਦੇਸ਼ ਨੂੰ ਐ ਕਰਾਂਗੇ 1 ਲੱਖ ਥੋੜਾ ਆਊ ਯਾਰ ਵੀਰ ਜੀ ਬਦਲਾਅ ਇਹਨਾਂ ਨਾਲ ਬਦਲਾਅ ਥੋੜੀ ਆਊ ਇਹਨਾਂ ਦੇ ਰੋਜ਼ਗਾਰ ਮਾਰ ਕੇ ਬਦਲਾਅ ਕਰਕੇ ਆਊਗਾ ਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ
बदलाव आऊगा ना। लोगों ने बदलाव नु वोटा पाईया सी भी मतलब अकालिया तो कांग्रेसिया तो अक चुके सीगे उन्होंने बदलाव नु वोटा पाईया सी भी जेडे भगवंत मान भी जेडा भगवंत मान पहला गल्ला करदा सीगा मतलब जिवे पहला गल्ला करदा सीगा भी लोगों नु आए यकीन सी भी ये कुछ करूगा पर एक महीना तो थोड़ा जि उपर होया समा हजे सरकार बनी नु हरेक वर्ग के गरीब वर्ग के मिडल वर्ग के मतलब नको मूहो बुलो भगवंत मान सरकार जी नहीं भाई जी भाई जी इन्होंने एक नवा काम होर चलाया तुसी 70 साल दे हो सरकारां नूं नहीं बोले सानूं तां अजे महीने होया बणिआ नूं दस दिन बेअदबी चिट्टा सारा कुछ करांगे जिहड़े फ्री वाले काम आ उह वी नहीं हो रहे सरकार चाहे पुलिस प्रशासन चाहे ता एक हफ्ते दे विच चिट्टा बंद हो सकदा है बंद हो सकदा है इह जी गल नहीं है पर इन्ना गरीब रेहड़ी वालिया ते इह जी तलवार चला के हैरानी दी गल है भी भगवंत मान सरकार पता नहीं की करना चाहुंदी हैगी कोई हल करे गल सही आ बाबा तू ही बड़ा डर देगा 2000 दे पड़ाके चलाए आए जी पाए क्या देख ला फिर किन्ना तक्का तुसी जी पाए जी भी सानू कुछ बनूंगा साडे दी सानू ही रेहड़ियां बंद कराई जांदे तेरे घर वाली दे खाते च 1000 भी आया करूण कुछ भी नहीं आया जी सानू पहला नहीं हुण 1000 अग पता की लगी पी से हरियाणा जीती है गुजरात जीती है हिमाचल जीती है पंजाब का खड़ी सट गया सिक्योरिटियां वापस ले रहे इन्होंने सिक्योरिटियां वापस लिया ने कल भी सिक्योरिटियां वापस लिया ने मतलब गनमैन वापस ले रहे ने जिन्हां नाल वाधू घटू सी बहुत वधिया फैसला है भगवंत मान दा लैणी भी चाहीदी सी जिथे काम चंगा खड़ांगे नाल बिल्कुल बिल्कुल लैणी भी चाहीदी सी पर मैनूं एक गल दसो भी इन्हां दे आपदे एमएलए आपदे इन्हां दे जिहड़े मतलब वो है गे ने मैं नाउं नहीं लैणा चाहांगा दिल्ली वाले जिहड़े हुण पंजाब दे विच इन्हां ने वाले ने उन्हां नाल किन्नी सिक्योरिटी है अस्सी कमांडो बंदे केजरीवाल उत्थे ले गया पंजाब पुलिस तो दिल्ली छापे मरवाई जांदा उहनां वल भी ध्यान देवे ओह भी वापस लवे जी हां पंजाब दे खर्चे नाल गुजरात दे अखबारां च इश्तिहार कढ़ा रिहा अग लागी प्रधानमंत्री बण दी पंजाब च गंद पै गया बिल्कुल जी बिल्कुल बिल्कुल हां ਜਿਹੜਾ ਇਹਨਾਂ ਨੇ ਨੰਬਰ ਜਾਰੀ ਕੀਤਾ ਸੀ ਭਗਵੰਤ ਮਾਨ ਨੇ ਐਂਟੀ ਕਰਪਸ਼ਨ ਤੇ ਉਹ ਨੰਬਰ ਦੇ ਉੱਤੇ ਮੇਰੇ ਇੱਕ ਦੋਸਤ ਨੇ ਜਿਹੜੇ ਉਹ ਭਲਾਈ ਦਾ ਕੰਮ ਕਰਦੇ ਨੇ ਸ਼ਹਿਰ ਦੇ ਪ੍ਰਧਾਨ ਵੀ ਨੇ ਸਿਟੀ ਵੈਲਫੇਅਰ ਸੁਸਾਇਟੀ ਦੇ ਉਹਨਾਂ ਨੇ 3 ਕੰਪਲੀਟਾਂ ਪਾਈਆਂ ਉਹਨਾਂ 3 ਕੰਪਲੀਟਾਂ ਦੇ ਵਿੱਚੋਂ ਇੱਕ ਕੰਪਲੀਟ ਦਾ ਵੀ ਕੋਈ ਕਾਰਵਾਈ ਨਹੀਂ ਨਾ ਕੋਈ ਜਵਾਬ ਆ ਉਹਦਾ ਹਾਲਾਂਕਿ ਪਹਿਲਾਂ ਚਾਹੇ ਕੈਪਟਨ ਸਾਹਿਬ ਰਹੇ ਚਾਹੇ ਚੰਨੀ ਸਾਹਿਬ ਰਹੇ ਚਾਹੇ ਉਦੋਂ ਪਹਿਲਾਂ ਬਾਦਲ ਸਾਹਿਬ ਰਹੇ ਜੇ ਸੀਐਮ ਦੀ ਮੇਲ ਦੇ ਉੱਤੇ ਕੋਈ ਮੇਲ ਪੈਂਦੀ ਸੀ ਕੰਪਲੀਟ ਪੈਂਦੀ ਸੀ ਤਾਂ ਉਹਦਾ 24 ਘੰਟਿਆਂ ਦੇ ਵਿੱਚ ਉਹਨਾਂ ਨੂੰ ਰਿਪਲਾਈ ਜ਼ਰੂਰ ਆਉਂਦਾ ਸੀ ਰਿਪਲਾਈ ਆਉਂਦਾ ਸੀ ਵੀ ਤੁਹਾਡੀ ਕੰਪਲੀਟ ਦੇ ਉੱਤੇ ਅਸੀਂ ਫਲਾਣੇ ਅਫਸਰ ਨੂੰ ਮਾਰਕ ਕੀਤਾ ਉਹ ਆਏ ਤੇ ਤੁਰੰਤ ਐਕਸ਼ਨ ਲੈਣਗੇ ਪਰ ਹੁਣ ਤਾਂ ਉਹ ਮੇਲ ਦਾ ਜਵਾਬ ਵੀ ਨਹੀਂ ਮੇਲਦਾ ਉਹਨੂੰ ਹਟ ਗਿਆ ਪਤਾ ਨਹੀਂ ਕੀ ਗੱਲ ਹੈ ਬਾਈ ਡੱਕਾ ਨਹੀਂ ਕਰਦੇ ਕਿਉਂ ਬਾਈ ਤੁਸੀਂ ਕਹਿੰਦੇ ਰੰਧਾਵਾ ਇਕੱਲੇ ਕਿਸਾਨਾਂ ਨਾਲ ਖੜਦਾ ਖੜੇ ਆ ਮਜ਼ਦੂਰਾਂ ਨਾਲ ਕਿਸਾਨ ਮਜ਼ਦੂਰਾਂ ਲਈ ਮੇਰੀ ਜਾਨ ਹਾਜ਼ਰਾ ਜਿੱਥੇ ਭਗਵੰਤ ਮਾਨ ਕੰਮ ਚੰਗਾ ਕਰੂ ਨਾਲ ਵੀ ਖੜੇ ਆ ਪਰ ਮੇਰੀ ਇੱਕ ਗੱਲ ਹੋਰ ਸੁਣ ਬੱਚੋ ਆਦਮੀ ਪਾਰਟੀ ਮੁਰਦਾਬਾਦ ਕਹਿੰਦੇ ਅਜੇ ਤਾਂ ਮਹੀਨਾ ਹੋਇਆ ਸਰਕਾਰ ਨੂੰ ਤੁਸੀਂ ਇਹਨਾਂ ਦਾ ਵਿਰੋਧ ਨਾ ਕਰੋ ਪਹਿਲਾਂ ਅਸੀਂ 70 ਸਾਲ ਉਹਨਾਂ ਦਾ ਵਿਰੋਧ ਨਹੀਂ ਕੀਤਾ ਤਾਂ ਹੀ ਉਹਨਾਂ ਨੇ ਲੁੱਟਿਆ ਕੁੱਟਿਆ ਡਟ ਕੇ ਵਿਰੋਧ ਕਰੋ ਜਿੱਥੇ ਸਰਕਾਰ ਗਲਤ ਆ ਯਾਰ ਇਹਨਾਂ ਜਲੂਸ ਕੱਢ ਕੇ ਰੱਖੋ ਆਮ ਆਦਮੀ ਪਾਰਟੀ ਮੁਰਦਾਬਾਦ